ਹਾਂਜੀ ਦੋਸਤੋ, ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ। ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਕੱਲ੍ਹ ਮਿਤੀ 11 ਸਤੰਬਰ 2024, ਬਾਸਮਤੀਆਂ ਦੇ ਆਪਾਂ ਸ਼ਾਮ ਤੱਕ ਦੇ ਜਿਹੜੇ ਰੇਟ ਲੈ ਕੇ ਹਾਜ਼ਰ ਹੋਏ ਹਾਂ। ਬਾਸਮਤੀਆਂ ਦੇ ਕੱਲ੍ਹ ਸ਼ਾਮ ਤੱਕ ਕੀ ਰੇਟ ਰਹੇ ਨੇ ਵੱਖ ਵੱਖ ਮੰਡੀਆਂ 'ਚ, ਪੰਜਾਬ ਅਤੇ ਹਰਿਆਣੇ ਦੀਆਂ ਮੰਡੀਆਂ 'ਚ ਕੀ ਰੇਟ ਰਹੇ ਨੇ। ਸਭ ਤੋਂ ਤੇਜ਼ ਰੇ ਮੰਡੀ ਰਹੀ ਆ ਸੰਗਰੂਰ ਦੀ, ਆਪਾਂ ਉਹਦੇ ਨਾਲ ਬਾਰੇ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ 'ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦੱਬ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ। ਕਿਉਂਕਿ ਆਪਾਂ ਡੇਲੀ ਦੀ ਡੇਲੀ ਆਪਾਂ ਅਪਡੇਟ ਬਾਸਮਤੀਆਂ ਦੇ ਰੇਟਾਂ ਬਾਰੇ ਆਪਾਂ ਦਿੰਦੇ ਰਹਿੰਦੇ ਹਾਂ। ਅਤੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਸੰਗਰੂਰ ਮੰਡੀ ਦੀ। ਗੱਲਬਾਤ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਹਾਂ। ਸੰਗਰੂਰ ਮੰਡੀ ਦੀ ਗੱਲ ਕਰਦੇ ਹਾਂ ਜਿੱਥੇ ਸਭ ਤੋਂ ਟੌਪ ਦਾ ਰੇਟ ਲੱਗਿਆ ਜੀ, 3000 ਨੂੰ ਜਿਹੜਾ ਅੰਕੜਾ ਪਾਰ ਕਰ ਚੁੱਕਿਆ, 3025 ਰੁਪਏ ਨੂੰ ਜਿਹੜਾ ਆਪਣੇ ਟੌਪ ਦੀ ਬੋਲੀ ਲੱਗਿਆ, ਕੰਬਾਈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ ਜਿਹੜਾ, ਅਤੇ ਜਿੱਥੇ 400 ਬੈਗ ਵੇਖਣ ਲਈ ਆਏ ਨੇ। ਸਭ ਤੋਂ ਮਹਿੰਗੀ ਮੰਡੀ ਰਹੀ ਆ ਸੰਗਰੂਰ ਦੀ, ਕੰਬਾਈਨ ਨਾਲ ਕੱਟਿਆ ਹੋਇਆ ਜਿਹੜਾ 3000 ਦਾ ਅੰਕੜਾ ਪਾਰ ਕਰ ਚੁੱਕਿਆ ਜੀ ਬਾਸਮਤੀ 1500 ਨੂੰ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਤਰਨ ਤਾਰਨ ਦੀ, 2971 ਰੁਪਏ ਨੂੰ ਜਿੱਥੇ ਬਾਸਮਤੀ 1500 ਦਾ ਬੋਲੀ ਲੱਗੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਸਮਾਣਾ 1509 ਜਿੱਥੇ ਝੋਨਾ ਲੱਗਿਆ ਜੀ, 2695 ਰੁਪਏ। ਅੱਗੇ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਸਾਹਿਬ, ਜਿੱਥੇ ਆਇਆ 35000 ਬੈਗ ਵਿਕਣ ਲਈ ਆਇਆ ਅਤੇ 2976 ਰੁਪਏ ਜਿਹੜੀ ਬੋਲੀ ਅਤੇ ਝੋਨਾ ਵਿਕਿਆ ਅੱਜ। ਹੁਣ ਗੱਲ ਕਰਦੇ ਹਾਂ ਜੀ ਬਟਾਲਾ, ਬਟਾਲੇ 'ਚ ਇੱਥੇ 1509 ਝੋਨਾ ਲੱਗਿਆ ਜੀ, 3010 ਰੁਪਏ ਜਿਹੜਾ ਟੌਪ ਦਾ ਰੇਟ ਲੱਗਿਆ ਵੀ, ਅਤੇ 2000 ਬੋਰੀ ਜਿਹੜੀ ਵਿਕਣ ਲਈ ਆਈ ਹੈ ਆਪਣੀ। ਅਤੇ ਉਸ ਤੋਂ ਬਾਅਦ ਹੁਣ ਆਪਾਂ ਹਰਿਆਣਾ ਦੀ ਮੰਡੀ ਦੀ ਗੱਲ ਕਰਦੇ ਹਾਂ ਜੀ। ਸਮਾਣਾ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਕੁਰਕਸ਼ੇਤਰ ਹਰਿਆਣਾ 1509 ਝੋਨਾ ਲੱਗਾ ਜੀ, 2957 ਰੁਪਏ ਕੰਬਾਈਨ ਨਾਲ ਕੱਟਿਆ ਹੋਇਆ। ਲਾੜਵਾ ਮੰਡੀ ਜਿਹੜੀ ਲੱਗੀ ਹੈ 1509, 2970 ਰੁਪਏ, 18000 ਬੋਰੀ ਵਿਕਣ ਲਈ ਆਈ। ਅੱਗੇ ਗੱਲ ਕਰਦੇ ਹਾਂ ਸੋਨੀਪਤ, 2781 ਰੁਪਏ, 2500 ਜਿਹੜੀ ਬੋਰੀ ਵਿਕਣ ਲਈ ਆਈ ਹੈ। ਤਰਾਵੜੀ ਮੰਡੀ ਦੀ ਗੱਲ ਕਰੀਏ ਜਿੱਥੇ 20000 ਬੈਗ ਵਿਕਣ ਲਈ ਆਇਆ ਅਤੇ 2800 ਰੁਪਿਆ ਬੋਲੀ ਅਤੇ ਝੋਨਾ ਵਿਕਿਆ ਜੀ। ਰਤੀਆ ਮੰਡੀ ਦੀ ਗੱਲ ਕਰੀਏ ਤਾਂ ਕੰਬਾਈਨ ਨਾਲ ਕੱਟਿਆ ਹੋਇਆ ਝੋਨਾ ਜੀ, 2802 ਰੁਪਏ ਜਿਹੜਾ ਆਪਣਾ ਝੋਨਾ ਵਿਕਿਆ। ਢਾਣਾ ਮੰਡੀ ਦੀ ਗੱਲ ਕਰੀਏ ਜੀ, 2892 ਰੁਪਏ ਜਿਹੜਾ ਪ੍ਰਤੀ ਕੁਇੰਟਲ ਝੋਨੇ ਦੀ ਬੋਲੀ ਲੱਗੀ ਹੈ। ਇੰਦਰੀ ਮੰਡੀ ਹਰਿਆਣਾ ਦੀ ਗੱਲ ਕਰੀਏ, 2790 ਰੁਪਏ, 10000 ਬੋਰੀ ਵਿਕਣ ਲਈ ਆਈ। ਗਰਾਊਂਡਾ ਮੰਡੀ ਹਰਿਆਣਾ 2771 ਰੁਪਏ, ਕੈਂਥਲ 2625 ਰੁਪਏ, ਚੀਘਾ ਮੰਡੀ 2721 ਰੁਪਏ, ਕਰਨਾਲ 2780 ਰੁਪਏ, 15000 ਬੈਗ ਵਿਕਣ ਲਈ ਆਇਆ। ਇਹ ਸਨ ਪੰਜਾਬ ਅਤੇ ਹਰਿਆਣਾ ਦੀ ਮੰਡੀਆਂ ਦੇ ਜਿਹੜੇ ਰੇਟ ਤੁਹਾਨੂੰ ਦੱਸਿਆ, ਅੱਜ ਮੈਂ ਸਾਂਝੇ ਕੀਤੇ ਆ। ਅਤੇ ਅੱਜ ਸਭ ਤੋਂ ਸੰਗਰੂਰ ਤੇਜ਼ ਰਿਹਾ ਜੀ ਮੰਡੀ, ਅਤੇ ਉਸ ਤੋਂ ਸੰਗਰੂਰ ਅਤੇ ਬਟਾਲਾ ਜਿਹੜੀਆਂ ਤੇਜ਼ ਰਹੀਆਂ ਨੇ, ਬਾਕੀ ਡਾਊਨ ਰਹੇ ਨੇ ਰੇਟ। ਅਤੇ ਅੱਗੇ ਜਾਣ ਦਾ ਵੀ ਹੋਰ ਚਾਂਸ ਨੇ ਇਹਨਾਂ ਦੇ। ਬਹੁਤ ਵੀਰਾਂ ਦੇ ਕਮੈਂਟ ਆਉਂਦੇ ਨੇ 1401, 1692, 1847 ਦੇ ਵੀ ਰੇਟ ਕੀ ਰਹੇ ਨੇ, ਉਹ ਹਜੇ ਮੰਡੀ 'ਚ ਕੋਈ ਵਰਾਇਟੀ ਆਈ ਨਹੀਂ। ਜਦੋਂ ਵੀ ਕੋਈ ਵਰਾਇਟੀ ਆਈ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਮੰਡੀਆਂ ਦੇ ਰੇਟ ਜਾਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦੱਬ ਲਿਓ। ਅਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਅਗਲੀ ਅਪਡੇਟ 'ਚ। ਧੰਨਵਾਦ ਜੀ।